ਡਰਾਫਟਿੰਗ ਕਮੇਟੀ ਦਾ ਕੰਮ ਕੀ ਸੀ? ਸੰਵਿਧਾਨ ਵਿੱਚ ਸੋਧ ਕਰਨਾ ਸੀ, ਜਿਹੜਾ ਵੀ 1921 ਦਾ ਫਰਕ ਹੁੰਦਾ ਉਸਨੂੰ ਘਟਾ ਵਧਾ ਕੇ ਉਹ ਐਡ ਕਰ ਸਕਦੀ ਸੀ ਜਾਂ ਬਿਲਕੁਲ ਹੀ ਖਤਮ ਕਰ ਸਕਦੀ ਸੀ ਜੋ ਰੂਲ ਡਰਾਫਟਿੰਗ ਕਮੇਟੀ ਨੂੰ ਪਸੰਦ ਨਹੀਂ ਆਉਂਦਾ ਸੀ। ਹੁਣ ਡਰਾਫਟਿੰਗ ਕਮੇਟੀ ਬਾਰੇ ਗੱਲ ਕਰੀਏ। ਡਰਾਫਟਿੰਗ ਕਮੇਟੀ ਨੂੰ ਪ੍ਰਾਰੂਪ ਕਮੇਟੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਜਿਸ ਵਿੱਚ 7 ਮੈਂਬਰ ਇਨਕਲੂਡ ਸੀ। ਐਂਡ ਜੋ ਇਸ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ ਉਹ ਭੀਮ ਰਾਓ ਅੰਬੇਦਕਰ ਜੀ ਸਨ। ਅਤੇ ਡਰਾਫਟਿੰਗ ਕਮੇਟੀ ਦਾ ਗਠਨ ਕਦੋਂ ਹੋਇਆ ਸੀ ਇਹ ਇਗਜ਼ਾਮ ਵਿੱਚ ਦੋਨੇ ਕੁਐਸਚਨ ਕਾਫੀ ਵਾਰ ਪੁੱਛ ਲਏ ਗਏ ਨੇ, ਤਾਂ ਯਾਦ ਰੱਖੋ 29 ਅਗਸਤ 1947 ਨੂੰ ਡਰਾਫਟਿੰਗ ਕਮੇਟੀ ਦਾ ਗਠਨ ਹੋ ਗਿਆ ਸੀ ਅਤੇ ਇਸਦਾ ਚੇਅਰਮੈਨ ਕੌਣ ਨਿਯੁਕਤ ਕੀਤਾ ਗਿਆ ਸੀ? ਡਾਕਟਰ ਭੀਮ ਰਾਓ ਅੰਬੇਦਕਰ ਜੀ। ਐਨ ਰਾਓ ਸੰਵਿਧਾਨ ਨੂੰ ਤਿਆਰ ਕਰਕੇ ਅਕਤੂਬਰ 1947 ਵਿੱਚ ਡਰਾਫਟਿੰਗ ਕਮੇਟੀ ਨੂੰ ਸੌਂਪ ਦਿੰਦਾ ਹੈ। ਇਸ ਤੋਂ ਬਾਅਦ 21 ਫਰਵਰੀ 1948 ਨੂੰ ਡਰਾਫਟਿੰਗ ਕਮੇਟੀ ਸੰਵਿਧਾਨ ਵਿੱਚ ਸੋਧ ਕਰਕੇ ਸੰਵਿਧਾਨ ਸਭਾ ਨੂੰ ਵਾਪਿਸ ਸੌਂਪ ਦਿੰਦਾ ਹੈ। ਅਤੇ ਇਸ ਡਰਾਫਟਿੰਗ ਕਮੇਟੀ ਦੁਆਰਾ ਸੋਧੇ ਹੋਏ ਸੰਵਿਧਾਨ ਵਿੱਚ ਕੀ ਸੀ? 315 ਆਰਟੀਕਲ ਇਨਕਲੂਡ ਸੀ ਅਤੇ 8 ਅਨਸੂਚੀਆਂ ਇਸ ਵਿੱਚ ਸੋਧ ਕਰਕੇ ਵਾਪਿਸ ਇਹ ਸੰਵਿਧਾਨ ਸਭਾ ਨੂੰ ਡਰਾਫਟਿੰਗ ਕਮੇਟੀ ਸੰਵਿਧਾਨ ਦਾ ਲਿਖੇ ਹੋਏ ਲਿਖਤ ਸੰਵਿਧਾਨ ਸੀ ਜਿਹੜਾ ਉਸਨੂੰ ਸੰਵਿਧਾਨ ਸਭਾ ਨੂੰ ਸੌਂਪ ਦਿੰਦੀ ਹੈ। ਹੁਣ 26 ਅਕਤੂਬਰ 1948 ਵਿੱਚ ਸੰਵਿਧਾਨ ਸਭਾ ਵਿੱਚ ਸੰਵਿਧਾਨ ਨੂੰ ਸਭ ਤੋਂ ਪਹਿਲੀ ਵਾਰ ਪਾਰਿਤ ਕੀਤਾ ਜਾਂਦਾ ਹੈ ਅਤੇ ਸੰਵਿਧਾਨ ਸਭਾ ਨੇ 4 ਨਵੰਬਰ 1948 ਵਿੱਚ ਪਹਿਲੀ ਵਾਰ ਸੰਵਿਧਾਨ ਦਾ ਅਧਿਐਨ ਕੀਤਾ। ਇਸ ਤੋਂ ਬਾਅਦ 15 ਨਵੰਬਰ ਤੋਂ 17 ਅਕਤੂਬਰ ਤੱਕ ਦੂਸਰੀ ਵਾਰ ਸੰਵਿਧਾਨ ਦਾ ਅਧਿਐਨ ਕੀਤਾ, ਸੰਵਿਧਾਨ ਨੂੰ ਪੜ੍ਹਿਆ ਕਹਿਣ ਦਾ ਭਾਵ ਇਹ ਹੈ। ਅਤੇ ਇਸ ਤੋਂ ਬਾਅਦ ਸੰਵਿਧਾਨ ਇਸ ਤੋਂ ਬਾਅਦ 14 ਨਵੰਬਰ 1949 ਤੋਂ ਲੈ ਕੇ 26 ਨਵੰਬਰ 1949 ਤੱਕ ਤੀਸਰੀ ਵਾਰ ਸੰਵਿਧਾਨ ਸਭਾ ਵੱਲੋਂ ਸੰਵਿਧਾਨ ਨੂੰ ਪੜ੍ਹਿਆ ਗਿਆ। ਅਤੇ ਇਹਨਾਂ 3 ਰੀਡਿੰਗ ਵਿੱਚ ਇਹ 3 ਰੀਡਿੰਗ ਕੀਤੀ ਸੀ ਸੰਵਿਧਾਨ ਸਭਾ ਨੇ ਸੰਵਿਧਾਨ ਦੀ। ਇੱਕ ਤਾਂ 4 ਨਵੰਬਰ 1948 ਵਿੱਚ ਕੀਤੀ ਹੈ, ਇੱਕ ਕੀਤੀ ਹੈ 15 ਨਵੰਬਰ ਤੋਂ ਲੈ ਕੇ 17 ਅਕਤੂਬਰ ਤੱਕ ਕੀਤੀ ਹੈ ਅਤੇ ਇੱਕ ਕੀਤੀ ਹੈ 14 ਨਵੰਬਰ 1949 ਤੋਂ ਲੈ ਕੇ 26 ਨਵੰਬਰ 1949 ਤੱਕ। ਟੋਟਲ 3 ਸਟੱਡੀ ਕੀਤੀ ਹੈ, 3 ਵਾਰ ਸੰਵਿਧਾਨ ਨੂੰ ਪੜ੍ਹਿਆ ਹੈ ਅਤੇ 3 ਵਾਰ ਜਿਹੜੇ ਵੀ ਇਸ ਵਿੱਚ ਰੂਲਸ ਨੇ ਉਹਨਾਂ ਬਾਰੇ ਡਿਸਕਸ ਕੀਤੀ ਹੈ। ਇਹ ਵੀ ਕੁਐਸਚਨ ਇਗਜ਼ਾਮ ਵਿੱਚ ਕਾਫੀ ਵਾਰ ਪੁੱਛ ਲਿਆ ਜਾਂਦਾ ਹੈ ਕਿ ਸੰਵਿਧਾਨ ਸਭਾ ਵੱਲੋਂ ਸੰਵਿਧਾਨ ਨੂੰ ਐਕਟਿਵ ਕਰਨ ਤੋਂ ਪਹਿਲਾਂ ਕਿੰਨੇ ਵਾਰ ਰੀਡਿੰਗ ਕੀਤੀ ਗਈ ਸੀ ਜਾਂ ਕਿੰਨੇ ਵਾਰ ਅਧਿਐਨ ਕੀਤਾ ਗਿਆ ਸੀ, ਤਾਂ ਯਾਦ ਰੱਖੋ 3 ਵਾਰ ਹੀ ਸਿਰਫ ਸੰਵਿਧਾਨ ਸਭਾ ਨੇ ਸੰਵਿਧਾਨ ਨੂੰ ਰੀਡ ਕੀਤਾ ਸੀ। ਤੀਸਰੇ ਅਧਿਐਨ ਦੇ ਦੌਰਾਨ ਸੰਵਿਧਾਨ ਸਭਾ ਦੀ 11ਵੀਂ ਬੈਠਕ ਸੀ, ਮਤਲਬ ਜਿਸ ਨੂੰ ਆਪਾਂ 11ਵੀਂ ਅਧਿਵੇਸ਼ਨ ਦੇ ਨਾਮ ਨਾਲ ਜਾਣਦੇ ਹਾਂ। ਇਸ ਵਿੱਚ ਕੁਐਸਚਨ ਕੀ ਬਣ ਸਕਦਾ ਹੈ ਕਿ ਕਿਹੜੇ ਅਧਿਵੇਸ਼ਨ ਵਿੱਚ ਭਾਰਤੀ ਸੰਵਿਧਾਨ ਨੂੰ ਅਡੋਪਟ ਯਾਨੀ ਸਵੀਕਾਰ ਕਰ ਲਿਆ ਗਿਆ? ਤਾਂ 26 ਨਵੰਬਰ 1949 ਵਿੱਚ 11ਵੇਂ ਅਧਿਵੇਸ਼ਨ ਦੇ ਅਕੋਰਡਿੰਗ ਭਾਰਤੀ ਸੰਵਿਧਾਨ ਨੂੰ ਭਾਰਤ ਦਾ ਕੌਨਸਟੀਟਿਊਸ਼ਨ ਘੋਸ਼ਿਤ ਕਰ ਦਿੱਤਾ ਗਿਆ। ਅਤੇ ਇਸ ਤੋਂ ਇਲਾਵਾ ਇਸ ਵਿੱਚ ਇਸ ਸਮੇਂ ਸੰਵਿਧਾਨ ਦੇ 284 ਮੈਂਬਰਾਂ ਦੇ ਸਿਗਨੇਚਰ ਵੀ ਹੋਏ, ਜਿਨ੍ਹਾਂ ਵਿੱਚ 8 ਮਹਿਲਾ ਮੈਂਬਰ ਦੇ ਸਿਗਨੇਚਰ ਹੋਏ ਸਨ। ਅਤੇ 26 ਨਵੰਬਰ 1949 ਵਿੱਚ 16 ਅਨੁਛੇਦ ਲਾਗੂ ਵੀ ਕਰ ਦਿੱਤੇ ਗਏ ਸੀ, ਮਤਲਬ ਜਦੋਂ ਇਹ ਅਡੋਪਟ ਕੀਤਾ ਸੀ ਆਪਾਂ ਉਸੇ ਦਿਨ 26 ਨਵੰਬਰ 1949 ਨੂੰ ਉਹਨਾਂ ਵਿਚਲੇ ਸੰਵਿਧਾਨ ਵਿੱਚ ਜਿਹੜੇ 16 ਅਨੁਛੇਦ ਸੀ ਸਿਰਫ ਉਹਨਾਂ ਨੂੰ ਆਲਰੇਡੀ ਲਾਗੂ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 12ਵੇਂ ਅਧਿਵੇਸ਼ਨ ਵਿੱਚ 24 ਜਨਵਰੀ 1950 ਦੇ ਦੌਰਾਨ ਸੰਵਿਧਾਨ ਸਭਾ ਦੇ ਚੇਅਰਮੈਨ ਡਾਕਟਰ ਰਜਿੰਦਰ ਪ੍ਰਸਾਦ ਨੂੰ ਭਾਰਤ ਦਾ ਪਹਿਲਾ ਰਾਸ਼ਟਰਪਤੀ ਵੀ ਘੋਸ਼ਿਤ ਕਰ ਦਿੱਤਾ ਗਿਆ। ਅਤੇ ਸੰਵਿਧਾਨ ਸਭਾ ਦੀ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਕਿ 26 ਜਨਵਰੀ 1950 ਨੂੰ ਭਾਰਤ ਵਿੱਚ ਸੰਵਿਧਾਨ ਲਾਗੂ ਹੋ ਜਾਵੇਗਾ। ਕੁਐਸਚਨ ਕੀ ਬਣਦਾ ਹੈ ਕਿ ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਸੀ? ਤਾਂ ਡਾਕਟਰ ਰਜਿੰਦਰ ਪ੍ਰਸਾਦ ਸੀ। ਇਹ ਕਦੋਂ ਨਿਯੁਕਤ ਕੀਤਾ ਗਿਆ ਸੀ? ਤਾਂ 24 ਜਨਵਰੀ 1950 ਨੂੰ 12ਵੇਂ ਅਧਿਵੇਸ਼ਨ ਦੇ ਦੌਰਾਨ ਇਹ ਨਿਯੁਕਤ ਕੀਤਾ ਗਿਆ ਸੀ। ਅਤੇ ਕੁਝ ਇੰਪੋਰਟੈਂਟਸ ਇੰਸਟਰਕਸ਼ਨ ਆਪਾਂ ਜਾਣਦੇ ਹਾਂ। ਸੰਵਿਧਾਨ ਸਭਾ ਬਣਾਉਣ ਵਿੱਚ 2 ਸਾਲ 11 ਮਹੀਨੇ 18 ਦਿਨ ਲੱਗੇ ਸੀ। ਸੰਵਿਧਾਨ ਸਭਾ ਬਣਾਉਣ ਵਿੱਚ 63 ਲੱਖ ਰੁਪਏ ਖਰਚ ਹੋਏ ਸੀ। ਅਤੇ ਜਦੋਂ ਸੰਵਿਧਾਨ ਬਣਿਆ ਸੀ ਉਸ ਵਿੱਚ 395 ਆਰਟੀਕਲ ਸੀ, 8 ਅਨਸੂਚੀਆਂ ਸੀ ਅਤੇ ਇਹਨਾਂ ਦੇ 22 ਭਾਗ ਸੀ। ਇਹ ਦੁਨੀਆ ਦਾ ਸਭ ਤੋਂ ਵੱਡਾ ਅਤੇ ਲਿਖਤੀ ਸੰਵਿਧਾਨ ਹੈ। ਅਤੇ ਭਾਰਤੀ ਸੰਵਿਧਾਨ ਬਣਾਉਣ ਵਿੱਚ 60 ਦੇਸ਼ਾਂ ਦੀ ਜਿਹੜੀ ਕਿ ਮਦਦ ਲਈ ਗਈ ਹੈ, ਮਤਲਬ 60 ਦੇਸ਼ਾਂ ਦੇ ਸੰਵਿਧਾਨਾਂ ਤੋਂ ਮਦਦ ਲਿੱਤੀ ਗਈ ਸੀ। ਇਸ ਤੋਂ ਇਲਾਵਾ ਬੱਚੇ ਕਾਫੀ ਕਨਫਿਊਜ਼ ਹੁੰਦੇ ਨੇ ਕਿ ਸੰਵਿਧਾਨ ਸਭਾ ਵਿੱਚ ਕਿਹੜੀ ਕਿਹੜੀ ਕਮੇਟੀ ਇਨਕਲੂਡ ਸੀ, ਮਤਲਬ ਕਿਹੜਾ ਉਸਦਾ ਚੇਅਰਮੈਨ ਸੀ, ਇਹਨਾਂ ਵਿੱਚ ਕਾਫੀ ਕਨਫਿਊਜ਼ਨ ਹੋ ਜਾਂਦੀ ਆ। ਤਾਂ ਇਹ ਵੀਡੀਓ ਇੱਕ ਵਾਰੀ ਇਹ ਪੁਆਇੰਟ ਇੱਕ ਵਾਰੀ ਧਿਆਨ ਨਾਲ ਦੇਖ ਲਓ। ਤਾਂ ਸੰਵਿਧਾਨ ਸਭਾ ਵਿੱਚ ਇੱਕ ਤਾਂ ਸੀ ਡਰਾਫਟਿੰਗ ਕਮੇਟੀ, ਜਿਸ ਦਾ ਪ੍ਰਧਾਨ ਕੌਣ ਸੀ? ਡਾਕਟਰ ਭੀਮ ਰਾਓ ਅੰਬੇਦਕਰ, ਜਿਸਨੂੰ ਆਪਾਂ ਚੇਅਰਮੈਨ ਵੀ ਕਹਿ ਦਿੰਦੇ ਇੰਗਲਿਸ਼ ਵਿੱਚ। ਅਤੇ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਸੀ ਭੀਮ ਰਾਓ ਅੰਬੇਦਕਰ। ਅਤੇ ਇਹਨਾਂ ਵਿੱਚ ਇੱਕ ਸੀ ਫੰਡਾਮੈਂਟਲ ਰਾਈਟ ਯਾਨੀ ਮੌਲਿਕ ਅਧਿਕਾਰ ਕਮੇਟੀ ਦੇ ਜਿਹੜੇ ਚੇਅਰਮੈਨ ਸੀ ਉਹ ਸਰਦਾਰ ਵੱਲਭ ਭਾਈ ਪਟੇਲ ਸੀ। ਅਤੇ ਇਸ ਤੋਂ ਇਲਾਵਾ 3rd ਕਮੇਟੀ ਸੀ, ਇਸ ਵਿੱਚ ਅਲਪ ਸੰਖਿਅਕ ਕਮੇਟੀ ਜਿਸ ਦੇ ਵੀ ਚੇਅਰਮੈਨ ਸਰਦਾਰ ਵੱਲਭ ਭਾਈ ਪਟੇਲ ਸੀ। ਇਸ ਤੋਂ ਇਲਾਵਾ ਝੰਡਾ ਕਮੇਟੀ ਸੀ ਜਿਸ ਦੇ ਚੇਅਰਮੈਨ ਰਜਿੰਦਰ ਪ੍ਰਸਾਦ ਸੀ।
ਹੁਣ ਚੰਡਾ ਕਮੇਟੀ ਇੱਕ ਤਾਂ 1931 ਵਿੱਚ ਸਟਾਰਟ ਹੋਈ ਸੀ ਜਿਸ ਦੇ ਚੇਅਰਮੈਨ ਸੀ JP ਕਿਰਪਲਾਨੀ ਜੀ। ਅਤੇ ਜੇ ਤੁਹਾਨੂੰ ਐਗਜ਼ਾਮ ਵਿੱਚ ਸੰਵਿਧਾਨ ਸਭਾ ਰਿਲੇਟਡ ਝੰਡਾ ਕਮੇਟੀ ਬਾਰੇ ਪੁੱਛਿਆ ਜਾਂਦਾ ਹੈ ਤਾਂ ਰਜਿੰਦਰ ਪ੍ਰਸਾਦ ਸੀ। ਜੇ 1931 ਦੀ ਝੰਡਾ ਕਮੇਟੀ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਸ ਟਾਈਮ ਉਹਨਾਂ ਦੇ ਜਿਹੜੇ ਚੇਅਰਮੈਨ ਸੀ ਉਹ JP ਕਿਰਪਲਾਨੀ ਸੀ। ਇੱਥੇ ਕਨਫਿਊਜ਼ ਨਾ ਹੋਇਓ। ਇਸ ਤੋਂ ਇਲਾਵਾ ਸੰਵਿਧਾਨ ਸਭਾ ਦਾ ਇੱਕ ਹੋਰ ਪਾਰਟ ਸੀ ਨਿਯਮ ਸਭਾ, ਉਸਦੇ ਪ੍ਰਧਾਨ ਕੌਣ ਸੀ? ਰਜਿੰਦਰ ਪ੍ਰਸਾਦ ਸੀ। ਅਤੇ ਰਿਆਸਤ ਸਭਾ ਦੇ ਜਿਹੜੇ ਚੇਅਰਮੈਨ ਸੀ ਉਹ ਰਜਿੰਦਰ ਪ੍ਰਸਾਦ ਹੀ ਉਹਨਾਂ ਦੇ ਵੀ ਜਿਹੜੇ ਚੇਅਰਮੈਨ ਸੀ। ਇਸ ਤੋਂ ਇਲਾਵਾ ਇੱਕ ਹੋਰ ਸੀ ਸੰਘ ਸੰਵਿਧਾਨਿਕ ਸਭਾ, ਜਿਸ ਦੇ ਚੇਅਰਮੈਨ ਜਵਾਹਰ ਲਾਲ ਨਹਿਰੂ ਜੀ ਸੀ। ਇਸ ਤੋਂ ਇਲਾਵਾ ਰਾਜ ਸੰਵਿਧਾਨਿਕ ਸਭਾ, ਜਿਸ ਦੇ ਚੇਅਰਮੈਨ ਸਰਦਾਰ ਵੱਲਭ ਭਾਈ ਪਟੇਲ ਸੀ। ਸਿਰਫ ਤੁਹਾਨੂੰ ਇਹੀ ਕਮੈਟੀ ਐਗਜ਼ਾਮ ਵਿੱਚ ਪੁੱਛਣ ਨੂੰ ਮਿਲ ਸਕਦੀਆਂ ਨੇ, ਤਾਂ ਕਰਕੇ ਇਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਰੱਟ ਲਓ। ਦੋਸਤੋ, ਇੱਥੇ ਤੱਕ ਜਿਹੜਾ ਕਿ ਆਪਣਾ ਸੰਵਿਧਾਨ ਪੂਰਾ ਬਣ ਚੁੱਕਿਆ ਹੈ, ਇਸ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਹੋਈ, ਕਿਹੜੀ ਕਿਹੜੀ ਕਮੇਟੀਆਂ ਨੇ ਸਾਥ ਦਿੱਤਾ, ਕੀ ਕੁਝ ਇੰਕਲੂਡ ਕੀਤਾ, ਸਾਰੀ ਗੱਲਾਂ ਆਪਾਂ ਸਾਰੀ ਮੇਨ ਜਿਹੜੀ ਡੇਟ ਸੀ ਉਹ ਆਪਾਂ ਇਸ ਵੀਡੀਓ ਵਿੱਚ ਕਵਰ ਕਰ ਲਈ ਨੇ। ਇਸ ਤੋਂ ਬਾਅਦ ਵੀਡੀਓ ਦੇ ਸ਼ੁਰੂ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਕੈਬਨਿਟ ਕਮਿਸ਼ਨ ਭਾਰਤ ਆਇਆ ਸੀ ਤਾਂ ਭਾਰਤ ਅੱਗੇ ਦੋ ਗੱਲਾਂ ਰੱਖੀਆਂ ਸੀ, ਇੱਕ ਤਾਂ ਸੰਵਿਧਾਨ ਸਭਾ ਦੀ ਗਠਨ ਬਾਰੇ, ਉਹ ਆਪਾਂ ਕਵਰ ਕਰ ਲਿਆ। ਇਸ ਤੋਂ ਬਾਅਦ ਗੱਲ ਕੀ ਹੁੰਦੀ ਹੈ ਇੰਟਰੀਮ ਗੌਰਮੈਂਟ ਯਾਨੀ ਅੰਤਰਿਮ ਸਰਕਾਰ ਬਾਰੇ ਨੈਕਸਟ ਵੀਡੀਓ ਵਿੱਚ ਗੱਲ ਕਰਾਂਗੇ, ਕਿਉਂਕਿ ਇਹ ਵੀਡੀਓ ਆਲਰੇਡੀ ਕਾਫੀ ਲੰਬੀ ਹੋ ਚੁੱਕੀ ਹੈ। ਐਂਡ ਜੇ ਇਹ ਵੀਡੀਓ ਤੁਹਾਨੂੰ ਬੈਨੀਫਿਸ਼ੀਅਲ ਲੱਗਦੀ ਹੈ ਜਾਂ ਸਮਝ ਆ ਗਈ ਚੰਗੀ ਤਰ੍ਹਾਂ ਤਾਂ ਵੀਡੀਓ ਵਿੱਚ ਕਮੈਂਟ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ।